ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਨੂੰ ਬੜੀ ਸਿੰਪਲ ਇੱਕ ਆਲੂ ਦੀ ਸਬਜ਼ੀ ਬਣਾ ਕੇ ਦੱਸਣ ਲੱਗੀ ਹਾਂ। ਅਤੇ ਇਹਦੇ ਵਿੱਚ ਕੋਈ ਨਾ ਤਾਂ ਪਿਆਜ਼ ਪੈਣਾ, ਨਾ ਲਸਣ, ਨਾ ਅਦਰਕ, ਕੁਛ ਨਹੀਂ ਪੈਣਾ। ਸਿਰਫ ਮਸਾਲੇ ਪਾ ਲਓ, ਨਮਕ ਮਸਾਲੇ ਅਤੇ ਆਲੂ ਦੀ ਸਬਜ਼ੀ ਤਿਆਰ ਕਰ ਲਓ। ਅਤੇ ਤੁਹਾਨੂੰ ਦੇਖੋ ਨੇ ਇਹ ਬਹੁਤ ਟੇਸਟੀ ਬਣਦੀ ਹੈ। ਉਹ ਤੁਹਾਡੀ ਮਰਜ਼ੀ ਹੈ ਵੀ ਜੇ ਤੁਸੀਂ ਲਸਣ ਦੇ ਥੋੜ੍ਹੇ ਜਿਹੇ ਦੋ ਚਾਰ ਤੁਲੀਆਂ ਵਗੈਰਾ ਤੁਸੀਂ ਪਾਉਣੀਆਂ ਚਾਹੁੰਦੇ ਜੇ ਤਾਂ ਉਹ ਤੁਸੀਂ ਪਾ ਸਕਦੇ ਹਾਂ। ਅਤੇ ਬਾਕੀ ਇੱਦਾਂ ਦੇ ਕਰਨੇ ਆ, ਬਹੁਤੇ ਚਿਪਸ ਵਰਗੇ ਨਹੀਂ ਕੱਟਣੇ ਕਿ ਬਹੁਤੇ ਪ੍ਰੀ ਪਤਲੇ ਨਹੀਂ ਕੱਟਣੇ, ਪਰ ਥੋੜ੍ਹੀ ਜਿਹੀ ਨੀਕ ਮੋਟਾਈ ਰੱਖਣੀ ਹੈ ਇਹਨਾਂ ਦੀ। ਇਹਨਾਂ ਨੂੰ ਹੁਣ ਪਾਣੀ ਦੇ ਵਿੱਚ ਪਾ ਲੈਣਾ। ਪਾਣੀ 'ਚੋਂ ਕੱਢ ਕੇ ਅਤੇ ਇੱਦਾਂ ਛਾਣ ਕੇ ਰੱਖ ਲੈਣਾ ਹੈ ਕਿ ਥੋੜ੍ਹਾ ਜਿਹਾ ਨਾਲ ਪਾਣੀ ਨਿਕਲ ਜਾਏ ਬਾਅਦ। ਵੀ ਜੋ ਵੀ ਹੋਈ ਸਬਜ਼ੀ ਬਣਾਉਣੀ ਆ ਉਹ ਲੋਹੇ ਦੀ ਕੜਾਈ ਦੇ ਵਿੱਚ ਬਣਨੀ ਹੈ, ਅਤੇ ਇਹ ਵੀ ਲੋਹੇ ਦੀ ਕੜਾਈ ਦੇ ਵਿੱਚ ਬਹੁਤ ਵਧੀਆ ਬਣਦੀ ਹੈ। ਅਤੇ ਇਹ ਵਾਲੀ ਸਬਜ਼ੀ ਦੇ ਵਿੱਚ ਤੁਸੀਂ ਸਰ੍ਹੋਂ ਦਾ ਤੇਲ ਯੂਜ਼ ਕਰੋ। ਜੇ ਤੁਹਾਨੂੰ ਥੋੜ੍ਹਾ ਜਿਹਾ ਲੱਗਦਾ ਵੀ ਇਹ ਜ਼ਿਆਦਾ ਆ, ਪਰ ਇਹ ਹੈ ਕਿ ਇਹਨੇ ਸਾਈਡ 'ਤੇ ਹੋ ਜਾਣਾ ਵਾ, ਕੋਈ ਟੈਨਸ਼ਨ ਨਹੀਂ ਕਰਨ ਦੀ ਲੋੜ, ਅਤੇ ਉਹਨੂੰ ਬਹੁਤ ਸੋਹਣੇ ਹੋ ਜਾਣੇ ਫਰਾਈ। ਬਸ ਇਹ ਹੈ ਕਿ ਥੋੜ੍ਹਾ ਤੇਲ ਨੂੰ ਲਾ ਲਓ ਸਾਰੇ ਆਸੇ ਪਾਸੇ। ਬਈ ਤੇਲ ਬਹੁਤ ਵਧੀਆ ਗਰਮ ਹੋ ਗਿਆ ਵਾ, ਅਤੇ ਹੁਣ ਇਹਦੇ ਵਿੱਚ ਜੀਰਾ ਪਾ ਦਾਂਗੇ। ਬਸ ਇਹਦੇ ਨਾਲ ਹੀ ਅੱਜ ਪਾ ਦੇਣੇ ਰੱਖ ਦੇਣਾ ਥੋੜ੍ਹਾ ਚਿਰ ਵਾਸਤੇ। ਹਾਂ ਵੇਖੋ ਵੀ ਹੁਣ ਇਹ ਚੈੱਕ ਕਰਨੇ ਆ ਵੀ ਇਹ ਸੋਫਟ ਹੋ ਗਏ ਆ। ਮਹਾਂ ਇਹਨੂੰ 2-3 ਮਿੰਟ ਹੀ ਲੱਗੇ ਆ, ਅਤੇ ਹੁਣ ਇਹਦਾ ਸੇਕ ਭਾਵੇਂ ਤੁਸੀਂ ਫੁੱਲ ਕਰ ਦਿਓ। ਇਹਦੇ ਵਿੱਚ ਥੋੜ੍ਹਾ ਜਿਹਾ ਮੈਗੀ ਮਸਾਲਾ ਥੋੜ੍ਹਾ ਜਿਹਾ ਡਾਲਾ, ਜ਼ਿਆਦਾ ਨਹੀਂ ਡਾਲਣਾ। ਅਤੇ ਬਸ ਇਹਦੇ ਨਾਲ ਇਹਦਾ ਸਾਰਾ ਟੇਸਟ ਹੀ ਬਦਲ ਜਾਣਾ। ਅਤੇ ਬੱਚਿਆਂ ਨੂੰ ਇੰਨਾ ਪਸੰਦ ਆਉਂਦੀ ਹੈ ਸਬਜ਼ੀ ਕਿ ਸਾਡੇ ਤਾਂ ਅਸੀਂ ਵੱਡੇ ਕਿ ਛੋਟੇ ਕਿ ਸਾਰੇ ਜ਼ਿਆਦਾ ਬੜੇ ਬੜੇ ਪਸੰਦ ਕਰਦੇ ਹਾਂ ਉਹਦੀ ਸਬਜ਼ੀ ਨੂੰ। ਅਤੇ ਇਹ ਫਿਰ ਝਟਪਟ ਤਿਆਰ ਹੋਣ ਵਾਲੀ, ਤਾਂ ਨਾਲੇ ਸਵਾਦ ਵੀ ਬਹੁਤ ਹੈ। ਇਹਨੂੰ ਥੋੜ੍ਹਾ ਜਿਹਾ ਹੁਣ ਫੁੱਲ ਸੇਕ ਦੇ ਉੱਤੇ ਥੋੜ੍ਹਾ ਜਿਹਾ ਕਰਨਾ ਹੈ, ਕਿਉਂਕਿ ਇਹ ਥੋੜ੍ਹਾ ਜਿਹਾ ਕ੍ਰਿਸਪੀ ਹੋ ਜਾਣਾ ਅਤੇ ਵਧੀਆ ਹੋ ਜਾਣਾ। ਦੇਖੋ ਵੀ ਜਿਹੜੇ ਤਾਂ ਕਰਦੇ ਆ ਆਲੂ ਵਗੈਰਾ ਪਸੰਦ ਕਰਦੇ ਆ, ਉਹਨਾਂ ਨੂੰ ਤਾਂ ਬਹੁਤ ਪਸੰਦ ਆਏਗੀ ਸਬਜ਼ੀ ਇਹ ਵਾਲੀ। ਅਤੇ ਬਾਕੀ ਬੱਚਿਆਂ ਨੂੰ ਵੀ ਬਹੁਤ ਵਧੀਆ ਲੱਗਦੀ ਆ, ਵੱਡਿਆਂ ਨੂੰ ਵੀ ਸਾਰਿਆਂ ਨੂੰ ਚੰਗੀ ਲੱਗਦੀ ਹੈ। ਅਤੇ ਬਾਕੀ ਦੇਖੋ ਇੱਧਰ ਇਹ ਕ੍ਰਿਸਪੀ ਹੁੰਦੇ ਜਾਂਦੇ ਆ, ਕਿਉਂਕਿ ਇਹਨੂੰ ਫੁੱਲ ਸੇਕ ਕੀਤਾ ਹੈ, ਥੋੜ੍ਹੇ ਜਿਹੇ ਬਰਾਊਨ ਹੋ ਗਏ ਆ, ਕਲਰ ਬੜਾ ਪਿਆਰਾ ਹੋ ਜਾਂਦਾ ਇਹਨਾਂ ਦਾ। ਜ਼ਿਆਦਾ ਜਲਾ ਨਹੀਂ ਦੇਣੇ, ਬਸ ਗੋਲਡਨ ਜਿਹੇ ਰੱਖਣੇ ਆ। ਅਤੇ ਇਹ ਹੈ ਕਿ ਇਹਨੂੰ ਬੰਦ ਢੱਕ ਕੇ ਨਹੀਂ ਰੱਖਣਾ ਬਾਅਦ ਵਿੱਚ, ਜਿੱਦਾਂ ਫਰਾਈ ਹੋ ਜਾਂਦੇ ਨਾ ਆਲੂ, ਉਹ ਹੀ ਆ ਬਸ ਇਹਨਾਂ ਦਾ ਸਿਸਟਮ। ਅਤੇ ਪਰ ਬਹੁਤ ਸਵਾਦ ਲੱਗਦੀ ਹੈ ਸਬਜ਼ੀ। ਬਸ ਉਹਨੂੰ ਹੁਣ ਇੱਥੋਂ ਨਿਕਾਲ ਦਿਉ ਬਾਹਰ, ਕਿਉਂਕਿ ਅਸੀਂ ਤੇਲ ਮੈਂ ਵੀ ਨਹੀਂ ਪਤਾ ਪ੍ਰੈਫਰ ਉੱਦਾਂ ਕਰਦੀ, ਪਰ ਇਹ ਸਬਜ਼ੀ ਵਧੀਆ ਲੱਗਦੀ ਹੈ ਇਹਦੇ ਵਿੱਚ ਥੋੜ੍ਹੇ ਜਿਹੇ ਵੱਧ ਹੋਏ ਦੇ। ਅਤੇ ਇਹ ਵੀ ਬਣੀ ਵੀ ਬੜੀ ਜਲਦੀ ਜਲਦੀ ਆ, ਅਤੇ ਇਹਦਾ ਸਾਰਾ ਮਸਾਲਾ ਵਗੈਰਾ ਜੋ ਵੀ ਇੱਦਾਂ ਜੀਰਾ ਵਗੈਰਾ ਇਹਨੂੰ ਲੈ ਆਉਂ ਇੱਧਰ। ਇੰਨੀ ਵਧੀਆ ਟੇਸਟੀ ਇਹ ਸਬਜ਼ੀ ਬਣਦੀ ਹੈ। ਓਕੇ ਜੀ, ਆਲੂ ਦੀ ਸਬਜ਼ੀ ਹੋ ਗਈ ਤਿਆਰ। ਇਹਨੂੰ ਹੁਣ ਤੁਸੀਂ ਭਾਵੇਂ ਰੋਟੀ ਦੇ ਨਾਲ ਖਾਓ ਅਤੇ ਭਾਵੇਂ ਦਾਲ ਚਾਵਲ ਦੇ ਨਾਲ ਖਾਓ, ਬਹੁਤ ਸਵਾਦ ਲੱਗਦੀ ਹੈ ਅਤੇ ਬਹੁਤ ਸਿੰਪਲ ਆ ਅਤੇ ਬਹੁਤ ਜਲਦੀ ਬਣ ਜਾਂਦੀ ਹੈ। ਅਤੇ ਇਸ ਕਰਕੇ ਇਹ ਵਾਲੀ ਰੈਸਪੀ ਟਰਾਈ ਜ਼ਰੂਰ ਕਰਿਓ। ਅਤੇ ਓਕੇ ਜੀ, ਬਾਏ।